ੴ ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਡੰਡਾ ਤੇ ਬੰਦਨ ਅਨੇਕ ਬਾਰ ਸਦਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰ ਅਧੀ ਤਰਿਆਰੇ ਗੁਰ ਨਾਨਕ ਜਿਨ ਸੁਣਿ ਆਪੇਖਿਆ ਸੇ ਫਿਰ ਗਰਬਾਸ ਨ ਪੜਿਆ ਆ ਬੁੱਧ ਪ੍ਰਪਤੁ ਚ ਹਮਾਰੀ ਬਦਰ ਨਸਕੇ ਮਹਿ ਮੋ ਜੋ ਤੇ ਹਾਰੀ ਹਮ ਨਾਸਕਤ ਕਰ ਸਿਫਤ ਤੁਮਾਰੀ ਆਪ ਲੇ ਹੋ ਤੁਮ ਕਥਾ ਸੁਧਾਰੀ ਮੂਖ ਉਚੜੈ ਸਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੇ ਜੋ ਕਾਲ ਕਿਰਪਾ ਕਰਾਏ ਅੰਧ ਲਖੈ ਬਦਰੋ ਸੁਨੇ ਜੋ ਕਾਲ ਕਿਰਪਾ ਕਰਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਫਿਰ 파ਹੀ 파ਸ ਕੋਵਾ ਫਿਰ ਪਛਤਾਨਾ ਅਬ ਕਿਆ ਹੂਆ ਫਿਰ ਫਿਰ 파ਹੀ 파ਸ ਕੋਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਆਪ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਤਰ ਹਜ਼ੂਰੀ ਅੰਦਰ ਅਕਤਰ ਹੋ ਰਹੇ ਹੋ ਤੰਤਨ ਸਿਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਨਾਮ ਰੂਪੇ ਕਥਾ ਨੂੰ ਸਰਵਨ ਕਰਨ ਦੇ ਵਾਸਤੇ ਇਸੇ ਤਰ੍ਹਾਂ ਆਪ ਜੀ ਦੇ ਅੰਤਿਮ ਦੇ ਵਿਭਾਗ ਹਨ ਵਿੱਚ ਬlesed joining the court of Guru Granth Sahib ji Maharaj yo tantan sidi guru nanaj blesses the born of oankar bani ja dakhni oankar jisda prachalit hai isi gutka saade vich dakhni oankar pad action nay for this born is oankar bani So Guru Nanak Ji Maharaj Ji, for many weeks has blessed us with this bani. They, every week we go through one pauri. So, ko before uh, Diwali and all the breaks have nagar Kirtan. We So in pella Ji, katha jo the sarvun pauri before today's pauri, Guru Nanak Ji Maharaj Ji spoke to us about paapa. So. ਵਿਸਤਾਰ ਦੇ ਵਿੱਚ ਗੁਰਮਾਰ ਜੀ ਥੋਸੈਂਡ ਡੀਟੋਕ ਕੇ ਦਾ ਪਰਸਨ ਹੂ ਡਸ ਪਾਪ ਪਾਪੀ ਪੁਰਸ਼ ਸੋ ਗੁਰਮਾਰ ਜੀ ਇੰਦਾ ਪੌੜੀ ਆਰਾਮ ਦੇ ਵਿੱਚ ਮਾਰ ਜੀ ਨੇ ਬਚਨ ਕੀਤੇ ਕਿ ਪਾਪ ਬੁਰਾ ਪਾਪ ਬੁਰਾ ਪਾਪੀ ਕਾਉ ਪਿਆਰਾ ਗੁਰਮਾਰ ਜੀ ਸਹਿਜ ਜੋ ਅਸੀਂ ਸਾਰੇ ਜਾਣਦੇ ਹੋਏ ਯੂ نو ਦਿਸ ਕਿ ਪਾਪ ਬੁਰਾ ਕਿ ਪਾਪ ਇਜ਼ ਬੈਡ ਵੀ ਯੂ نو ਦੈਟ ਬੁਰਾ ਪਾਪੀ ਕਾਉ ਪਿਆਰਾ ਪਰ ਪਾਪੀ ਪੁਰਸ਼ ਨੂੰ ਪਾਪ ਚੰਗਾ ਲੱਗਦਾ ਹੈ ਪਾਪੀ ਪੁਰਸ਼ ਸਮੀਸ ਪਾਪ ਫਰ ਦਾ ਟਾਈਮ ਪਾਪੀ ਕੋ ਪਿਆਰਾ ਦੇ ਲਵ ਟੂ ਡੂ ਪਾਪ ਦੇ ਹੈਵ ਸੋ ਮਚ ਦੇ ਗੈਟ ਸੋ ਮਚ ਅਰਸਰ ਜਦੋਂ ਪਾਪ ਕਰਦੇ ਆ ਕਾਮ ਕੋ ਲੋ ਮੋਹਨ ਕਾਤ ਦੇ ਵਿੱਚ ਦੇ ਵੇ ਮੇਨ ਇਨ ðiਸ ਥਿੰਗਸ ਐਂਡ ਦੇ ਗੈਨ ਸੋ ਮਚ ਅਰਸ ਫੋਰ them ਪਾਪ ਲੱਦੇ ਪਾਪੇ ਪਾਸਾਰਾ ਪਾਪ ਲੱਦੇ ਪਾਵੇ ਲੱਦ ਕੇ ਰਹੀ ਠੀਸ ðiਸ ਆਲ ਇਨਟ ðiਰ ਲਾਈਫ ਪਾਪੇ ਪਾਸਾਰਾ And they, and they almost, almost get, others get others to do papa off. when sangat by doing, by doing sangat bad sangat, bad company. company. Fair. Fair. So other people, commit, people sin commit sin as well. As well. So Guru, Guru, Maharaj Guru Maharaj here he speaks to us about this idea of sinning and doing, doing bad actions. Bad. The, the Bhagat Kabir Ji in Belavurag Bhagat Kabir Ji speaks about this very beautifully. ਤੇ ਭਗਤ ਕਬੀਰ ਜੀ ਬਚਨ ਕਰਦੇ ਹਨ ਕਿ ਜੜਾ ਜੀਵਨ ਜੋ ਬਣ ਗਿਆ ਕਿਛ ਕੀ ਆ ਨਾ ਨੀਕਾ ਭਗਤ ਕਬੀਰ ਜੀ ਸੈਜ਼ ਕਿ ਜਦੋਂ ਜਵਾਨ ਦੀ ਅਵਸਥਾ ਲੰਘਦੀ ਹੈ ਵੈਨ ਦਟ ਟਾਈਮ ਆਫ ਆ ਯੂਥ ਗੋਜ਼ ਜੜਾ ਜੀਵਨ ਤੇ ਬੁੱਢੇ ਬੁੱਢੇਪੇ ਦਾ ਸਮਾਂ ਆਉਂਦਾ ਹੈ ਵੈਨ ਵੀ ਬਿਕਮ 올ਡਰ ਥੈਨ ਦੇ ਸੇ ਦੈਟ ਇਨ ਦਟ ਟਾਈਮ ਦ ਪਰਸਨ ਥਿੰਕਸ ਟੂ ਹਿਮਸੈਲਫ ਕਿ ਕਿਛ ਕੀ ਆ ਨਾ ਨੀਕਾ ਕੀ ਹਨ ਨੀ ਕਮੀ ਜਦ ਹਵ ਡਨ ਨੋ ਚੰਗੇ ਕਰਮ ਕਿ ਜਵਾਨੀ ਦੇ ਵਿੱਚ ਦਾ ਫਸ ਐਂਡ ਸਪੈਂਡ ਦਾ ਹਾਲ ਟਾਈਮ ਨਾ ਕੋਈ ਚੰਗਾ ਕਾਰਜ ਕੀਤਾ ਚੰਗੇ ਕਰਮ ਕੀਤੇ ਦੇ ਨੋ ਗੁੱਡ ਐਕਸ਼ਨਸ ਇਹੋ ਜੀਵਰਾ ਨਿਰਮੋਲ ਕੋ ਸੇ ਹੀਸ ਜੀਵਨ ਫੋਰ ਦਿਸ ਜੀਵ ਜੀਵਾਤਮਾ ਜੋ ਮੋਰਾ ਜੀ ਸਾਨੂੰ ਬਖਸ਼ਾ ਦੇ ਗੇਵ us ਹਿਸ ਲਾਈਫ se eh rodi era nirmol ko e molak hai this is priceless this life the guru has given to us godi lagamika godi means a shell the guru gurumarji gave us his great life this opportunity ke gobind milan ke eh teri badhiya padasay ke godi lagamika we traded it for godi godi means a shell kahu kabir mere madwa tu sarv vyapi ke he mere ਮਾਲਕ ਜੀ へ ਪਰਮੇਸ਼ਰ ਵਾਹਿਗੁਰੂ ਜੀ ਭਗਤ ਕਬੀਰ ਜੀ ਬਚਨ ਕਰਦੇ ਕਰਦੇ ਹਨ ਕਿ ਕਹੁ ਕਬੀਰ ਮੇਰ ਮਾਧਵਾ ਤੂੰ ਸਰਬ ਵਿਆਪੀ ਕਿਹੇ ਵਾਹਿਗੁਰੂ ਜੀ ਜੋ 에ਵਰੀਵੇ ਸਰਬ ਪ੍ਰਕਾਸ਼ਕ ਯੂ ਆ ਇਨ ਜਲੇ ਹਰੀ ਥਲੇ ਹਰੀ ਜਾਲ ਦੇ ਵਿੱਚ ਐਂਦੇ ਵੋਠ ਥਾਲ ਵਿੱਚ ਭਾਵੇਂ ਧਰਤੀ ਇਨ ਬਾਨ ਵਿੱਚ 에ਵਰੀਵੇ ਵਾਹਿਗੁਰੂ ਜੀ ਇਸ 올 ਅਰਾਊਂਡ ਅਸ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ that vaik guruji is everywhere they saw singhi ji listening carefully he to pagat kabi ji says he say koh kabir mere mot dawa tu sarv vyapi tum sansar nahi dayal mohi sansar papi look how beautiful pagat kabi ji's bani is they tum sansar nahi dayal kahe vaik guruji aap ji daya de sagar ho daya de kar ho you are the home of daya Of compassion of mercy. Tum there's nobody as more there than you, Vai Guruji. And then they say okay some and there's no bigger puppy than me. I'm the biggest puppy and you're the greatest forgiver. And we say okay madho se So Pagat Kabiji is saying this too, guruji ਪਰ ਅਸੀਂ ਬਾਣੀ ਪੜਦੇ ਵੀ ਵੀ ਦਿਸ ਗੁਰ ਬਾਣੀ ਸੋ ਵੀ ਵੀ ਦਿਸ ਇਸ ਹੈ ਵਾਈ ਗੁਰ ਜੀ ਕਿ ਵਾਈ ਗੁਰ ਜੀ ਇਸ ਨੋ ਵਨ ਐਸ ਦਿਆਲੂ ਕਿ ਰਪਾਲੂ ਐਸ ਯੂ ਤੇ ਮੋਹੇ ਸਮ ਸਰ ਪਾਪੀ ਇਸ ਨੋ ਵਨ ਐਸ ਅ ਬਿਗਰ ਸਿਨਰ ਥੈਨ ਆਈ ਐਮ ਭਗਤ ਜੀ ਦੇ ਬਚਨ ਸੋ ਇਨ ਗੁਰ ਬਾਣੀ ਮਾਰ ਜੀ ਆਲਸ ਸੈਸ ਕਿ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਬਹੁਤ ਕਮਾਵਦੇ ਵੀ ਅਰਨ ਸੋ ਮਚ ਵੀ ਕਹੇ ਬਾਬਾ ਜੋ ਮਾਰੇ ਕਰਮ ਮੰਦ ਕਰਮ ਚ ਬਹੁਤ ਕਰਦੇ ਆ ਅਸੀਂ ਖੱਤੇ ਬਹੁਤ ਕਮਾਵਦੇ ਅੰਤ ਨਾ ਪਾਰ ਹੈ ਵਰ ਨੇ ਇਸ ਨੋ ਐਂਡ ਟੂ ਇ ਕੋਈ ਅੰਤ ਨਹੀਂ ਹੈ ਜਿੰਨੇ ਸੇ ਕਿ ਹਰ ਕਿਰਪਾ ਕਰ ਕੇ ਬਖਸ਼ ਲੈ ਹੋ ਕਿਹੇ ਵਾਈਗੁਰ ਜੀ ਕਿਰਪਾ ਕਰੋ ਬles me ਬਖਸ਼ ਲੈ ਹੋ ਹਾਪੀ ਵੱਡ ਗੁਣ ਹੈ ਗਾਰ ਆਮ ਸੱਚ ਅ ਬਿਗ ਪਾਪੀ God, and I commit all these sins I'm the most ungrateful and you're the most loving no matter what happens why Guruji always has Kirpa in our lives even though we don't mind the Guru's bachan we make so many mistakes every single day all the time we're doing so much wrong and there's no end to it yeah, every second we're doing something wrong. our thoughts. every second we're thinking something wrong, thinking about something that is in line with bob, where we speak about and then also where we go with these hands, with these feet. what are we doing? but guru maharaj is Har. Guru Sahib ji is the one that always protects us. In Sukunu Sahib Tuti Godan Har Gopal Sarb ji aape pratipal. Wahe Guru ji is always taking care of us all the time. So in the shabad on the last katha ke paap bura paapi kau pyara paap laday paape pa sara par har paap pachhane aap. Guru Maharaj ji bachan karde unke par har paap ke ਪਾਪ ਨੂੰ ਤਿਆਗ ਦੇਣਾ ਟੂ ਗਿਵ ਆਪ ਪਾਪ ਦੂਰ ਕਰੋ ਠੀਕ ਹੈ ਵੇਫ ਮਨਸ ਪਰ ਹਰ ਪਾਪ ਫਿਰ ਪਛਾਣੇ ਆਪ ਦੈਨ ਵੀ ਕੈਨ ਰੀਅਲਾਈਜ਼ ਹੂ ਵੀ ਟਰੂਲੀ ਆਰ ਕੇ ਮਨ ਤੂ ਜੋਤ ਰੂਪ ਹੈ ਆਪਣਾ ਮੂਲ ਪਛਾਣ ਪਛਾਣੇ ਆਪ ਆਪਣੇ ਆਪ ਨੂੰ ਪਛਾਣਨਾ ਕਿਵੇਂ ਪਰ ਹਰ ਪਾਪ ਟੂ ਟੇਕ ਪਾਪ ਟੂ ਵਨ ਸਾਈਡ ਵਾਟ ਆਰ ਦ ਕਰਮ ਦੈ ਵੀ ਅਰਨਿੰਗ ਗੁਰੂ ਮਹਾਰਾਜੀ ਸਪੀਕ ਇੰਟੂ ਆਰ ਸੋਲ ਸੋ ਵੀ ਮਹਾਰਾਜੀ ਸੇਇੰਗ ਕੇ ਦੈਟ ਦੇ ਆਰ ਦ They are their God, and that we are Mohisam Papi. Guru Maharaj gives us so many chances every single day, all the time. We don't give people that many chances. Ek, We give them free chances, then that's it. Leave us alone. How many mistakes do we make, and how many times does our Guru forgive us every single day? Even when we read Bani and even Bani which we make so many mistakes. Bani, or Siddha Bani. The highest bani, and we still make mistakes, and the guru always forgives us as well. That is our guru, Siddhi Guru Gansari Maharaji. And we keep getting caught in the trap of Maya. So, this hafte saasinga ji, this which Guru Nandi Ji speaks to us about Maya, Maya moho, this attachment that we have towards this Maya, this whole illusion that we see around us, this whole dunya. ਸੋ ਬਿਫੋਰ ਵੀ ਸਟਾਰਟ ਅ ਕਥਾ ਵਿਚਾਰ ਲੈਟਸ অল ਫੋਕਸ ਆਨ ਮਾਜਨਾ ਚੜਨ ਆਫ ਸਿਧੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਸੋ ਸਾਰੀ ਸੰਗਤ ਕੇ ਟਪਾ ਕਰਤੇ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਫਿਰ ਫਾਹੀ ਫਾਸ ਕੋਵਾ ਸੋ ਸਾਸਿੰਘ ਜੀ ਆਰੰਭ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ they give us an example here they give us an example of a ka a ka means a crow they say the, the, the crow looks towards the chog chog means the, the food it's going to eat they first look at the chog then they go towards the food on the head they go towards the chog, the food that they're going to eat, but there's a, there's a trap. that They catch themselves in this in this Fahi, Handivich, whatever name you want to give to in this trap. So the, the bird is flying, they see the food, they come and they they go to eat the food and there's a trap. Then it gets trapped. So Guru Maharaj has given us this example. But uh, we are like the Kaal. Kaal Jogda Ji. Because for us, the Chog is Maya. This whole dunya, Ja is this body that we hold on to and we have so much attachment to and it traps us. It traps us because we don't realise that this body is not going to go with us. Jo सो so, अस्थिर कर जाने जो होवन सो दूर पर आने इन श्री सुखमनी साहिब गुरु अर्जन देव जी महाराज जी सही सो जो छड़ना द फिन दस कोइन टू लीव अस जो अस्थिर नहीं है जो छड़ना सो अस्थिर कर जाने वी फिन दस कैन स्टे फॉरएवर जो होवन सो दूर पर आने जो होना है व्हाट्स गोना हैपन सो दूर पर आ वेवर अस मौत सी दूर कर दे वी फॉरगेबल मोड के वन डे वी ऑल गोना गो वी डोंट प्रिपेयर आवरसेल्फ के पहला मरण कबूल जीवन की छड़ आस ओ सबन की रेणु का तो आओ हमारे पास सो दैट इज नो कैन स्टे वास जो छोड़ना सो अस्थिर कर माने जो हो वन सो दूर पर आने गुरु महाराज इज गिवन अस सो मच सिख गुरुबानी ऑल द टाइम व्हेन वी गुड बानी and they're saying here that we get caught up in the clutches of maya yeah, yeah. maya de mohode vich hanji phir pachtana ab kya hua phir ant de vich jeev pachtaunda hai at the end the person starts to regret yeah, yeah. phir pachtana ab kya hua yeah. te akda hai ke ab paave hun ki ho gaya hai what's happened what's, happened? what's happened? happened at the end of my life ab kya hua what have i done hideo jasa janamaha kawdi badalajai or the shabda pakad ke biji ke ho jira niddamolo ko kawdi lagamika that we gave up this life for this kawdi for this shal this niddamolo ko this niddamology this, this life that is so precious we just waste wasted so Guru niddamology is telling us the harlot the state of that person get on to the vichy oki so there what do they think ਫਿਰ ਪਛਤਾਨਾ ਅਬ ਕੀ ਹੁਆ ਕਿ ਵਾ ਅਵਰ ਡਾਊਨ ਵਿਦ ਮਾਈ ਲਾਈਫ ਹਾਂਜੀ ਪਾਤਾ ਚੋਗ ਚੁਗ ਨਹੀਂ ਬੂਜਾ ਤੇ ਸੌ ਸਿੰਘ ਜੀ ਥਿਸ ਇਜ਼ ਹਾਊ ਸਕੈਰੀ ਮਾਇਆ ਇਜ਼ ਮਾਇਆ ਇਜ਼ ਸੌ ਸਕੈਰੀ ਟੂ ਥਿਸ ਦੁਨੀਆ ਨੋਟ ਟੂ ਦਾ ਗੁਰੂ ਕਾ ਸਿੱਖ ਬਟ ਟੂ ਦੁਨੀਆ ਬਿਕਾਜ਼ ਗੁਰੂ ਸਾਹਿਬ ਜੀ ਸੇਇੰਗ ਕਿ ਫਾਤਾ ਫਾਤਾ ਚੋਗ ਚੁਗ ਨਹੀਂ ਬੂਜਾ ਕਿ ਦਾ ਬਰਡ ਵਿਲ ਗੋ ਆਰ ਇਨ ਥਿਸ ਕੇਸ ਦਾ ਮਨੁਖ it will eat that food and it's trapped, but it still eats it. Even though it's trapped. In the same way we're trapped in this world, we're trapped in maya, but we are we keep staying in maya? Maya is giving us dukh, but we want more maya. That's why they say, again and again, we come back again and again every single time. Maya, mamata, mohuni, ਜਿਨੇ ਵਿਨ ਦੰਤਾ ਜਗ ਖਾਇਆ ਸ਼ਬਦ ਬਾਇ ਗੁਰੂ ਸਾਹਿਬ ਜੀ ਗੁਰੂ ਸੇ ਸੇ ਮਾਇਆ ਮਮਤਾ ਮੋਹਨੀ ਐ ਦਿਸ ਮਾਇਆ ਇਸ ਸੋ ਇੰਟਾਈਸਿੰਗ ਜਿਨੇ ਵਿਨ ਦੰਤਾ ਕੇ ਪ੍ਰਤੱਖ ਦੰਦ ਤੋਂ ਬਿਨਾ ਹੋਵੇ ਵਾ ਠੀਫ ਇਟ ਡਸਨ ਹੈਵ ਨੋ ਠੀਫ ਜਿਨੇ ਵਿਨ ਦੰਤਾ ਜਗ ਖਾਇਆ ਤਰ ਇਸ ਸੋ ਸੂਖਸ਼ਮ ਇਸ ਸੋ ਸਟਲ ਦਾ ਮਾਇਆ ਹੈਜ਼ ਨੋ ਠੀਫ ਵਾਸ ਈਟਿੰਗ ਅਵੇ ਆਸ ਏਵਰੀ ਸਿੰਗਲ ਡੇ ਸਮਾਇਆ ਮਮਤਾ ਮੋਹਣੀ ਜਿਨੇ ਵਿਨੇ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ ਜਿਸੇ ਜਿਨਨੇ ਨਾਮ ਜਪਿਆ ਜਿਨਨੇ ਵਾਹਿਗੁਰੂ ਜੀ ਦੇ ਨਾਮ ਦੇ ਚ ਭੇਦ ਹੋ ਗਏ ਦਵਾ ਨੂੰ ਇਸ ਵੀ ਖਾਮੋ ਵੇ ਵਾਹਿਗੁਰੂ ਜੀਜ਼ ਨੇਮ ਦੇ ਸੇ ਦਾ ਗੁਰਮੁਖ ਗੁਰਮੁਖ ਉਬਰੇ ਉਬਰੇ ਹਿਮੀ ਜੋ ਬਾਟ ਗਿਆ ਦੇ ਹੈਵ ਬੀਨ ਸੇਵਡ ਦੇ ਹੈਵ ਨੋਟ ਬੀਨ ਟਚਡ ਬਾਇ ਮਾਇਆ ਬਟ ਸੇ ਮਨਮੁਖ ਖਾਦਾ The manamuk has been eaten by maya. Every single day maya is eating away at them. kaam, krodh, vikar, chugliya, nindya all these things we don't realize but that's maya eating away at us. If you just look at nindya or chugliya or irkha, these are the more, you could say, the more profound things that we do. And they say manamukha That they eat the Manamuk. Then they say... કે જીની સચ નામ ચિતરા ધ વોન Who focus on Waheguru ji's name they are saved so gurumar ji saying in the shabad ke fatha fatha chog chuge nahi bujhe ke nahi bujhe means that they don't realize what is happening to them bujhe means to understand ke okay, they don't understand what's happening and they don't see the sukh swarup paave waheguru ji da swarup ਨੀ ਦੇਖ ਸਕਦੇ ਨਹੀਂ ਸਮਝਦੇ ਆ ਦੇ ਡੋਨਟ ਅੰਡਰਸਟੈਂਡ ਵਾਈ ਗੁਰੂ ਜੀ ਸਰੂਪ ਦੇ ਆਵ ਬੀ ਕਨ ਸਟਕ ਇਨ ਅ ਗਿਆਨਤਾ ਅ ਗਿਆਨਤਾ ਵਿੱਚ ਫਸ ਗਏ ਹਨ ਦੇ ਆਰ ਸਟਕ ਇਨ ਇਸ ਅ ਗਿਆਨਤਾ ਦੋਸ ਪੀਪਲ ਦਾ ਆਰ ਕੈਪਚਰਡ ਇਨ ਮਾਇਆਜ਼ ਗ੍ਰਾਸਪ ਸੋ ਅਗੇਨ ਕੇ ਵਿਨਦੰਤਾ ਜਗ ਖਾਇਆ ਮਨਮੁਖ ਖਾਦਿਆ ਗੁਰਮੁਖ ਉबरे ਜਿਨੀ ਸਚ ਨਾਮ ਚਿਤ ਲਾਇਆ ਤੇ Agni Maharaj speaks to us about this whole world being crazy, that everybody's gone crazy in this world. But say said, "Guru Mukha Nadari Aaya," Jera Guru they see everything. Guru says is blessed with that nazar, Dhristi. Now we read in an non part, where any ho, mere ho, har to me tari, har bin ਹਰ ਦੇ ਬਿਨ ਆਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੇਸ ਸੰਸਾਰ ਤੁਮ ਦੇਖਦੇ ਇਹੋ ਹਰ ਦਾ ਰੂਪ ਹੈ ਰੂਪ ਨਦਰੀ ਆਇਆ ਇਹੋ ਵੇਸ ਸੰਸਾਰ ਵੇਸ ਭਾਵੇਂ ਸਾਰਾ ਸੰਸਾਰ ਤੁਮ ਦੇਖਦੇ ਜੋ ਤੂੰ ਦੇਖਦਾ ਹੈ ਦਿਸ ਹਾਊ ਵਰ ਦਾ ਯੂ ਸੀ ਇਹੋ ਹਰ ਦਾ ਰੂਪ ਹੈ ਦਿਸ ਇਜ਼ ਵਾਈ ਗੁਰੂ ਜੀਜ਼ ਰੂਪ ਹਰ ਰੂਪ ਨਦਰੀ ਆਇਆ ਸੋ ਇਟਸ ਓਨਲੀ ਫੂ ਵਾਈ ਗੁਰੂ ਜੀਜ਼ ਕਿਰਪਾ ਦਾ ਵੀ ਅਏਬਲ ਟੂ ਸੀ ਦਿਸ ਹਾਲ ਦੁਨੀਆ ਫੋਰ ਵਾਟ ਇਟ ਟਰੂਲੀ ਇਸ What is actually happening? What is true? What is false? It's only when Vaiguruji gives us that gives us that nazar, yes. the Guru Mukhanadari ayapave naam japen karke, the Vaiguruji apu, ohi drishti baxche. The give us that drishti ke, what is actually happening? Gawan das, mosto yes. pellasaas singe jibo blind to what the truth is in this world. Anji. So mila ta aaki suja. So Sadguru ji nu mail karke ba meetin the true Guru. the akhi sujhe they give us the true nether they give us the true eyes la like wie said eh vehsan sa tum dekhde eh har ka roop hai roop nadri aaya gurprasad di bujh ja ja ve khar ik hai only when the guru gives us the prasad prasad he means the kirpa demi vela what is going on when the guru gives us the ketpad then we able to see what is the truth also pela sa singer ji what can we do we are stuck in the world so the so akhi sujai akhi he mean the eyes what are the eyes they give us they give us these true eyes of prakate prakgyan. प्रोक these true gyan that is from the inside and the outside okay what is such what is as what is sat and as what is true and what is false it is only when the guru gives us that that we're able to understand the hanji and they give us another example like a machi. Uh, here, when they talk about, you could say the jal is in the net. When the fish gets stuck in the net, what can the fish do as well? It goes for the food, it gets stuck in the net, and then the fish gets caught, and the fish dies as well. Hanji. ਵਿਨ ਗੁਰ ਦਾਤੇ ਮੁਕਤ ਨਾ ਪਾਲ ਤੇ ਗੁਰੂ ਮਹਾਰਾਜੀ ਬਚਨ ਕਰਦੇ ਹਨ ਕਿ ਵਿਨ ਗੁਰ ਦਾਤੇ ਕਿ ਸਤ ਗੁਰੂ ਜੀ ਤੋਂ ਬਿਨਾ ਦ ਵਨ ਹੂ ਇਜ਼ ਦਾਤਾ অর ਦੇ ਜੀਵ ਇਟ ਟੂ एवरीवन ਸਬਨਾ ਜੀ ਆਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਏ ਵਿਨ ਗੁਰ ਦਾਤੇ ਮੁਕਤ ਨਾ ਪਾਲ ਵੀ ਸਿੰਘ ਹੈ ਕਾਲ ਯੁਗ ਦਾ ਜੀਵ ਸਿੰਘ ਹਾਊ ਹਿਊਮਨ ਲਿਸਨ ਟੂ ਥਿਸ ਮੁਕਤ ਨਾ ਪਾਲ ਐਨੀਵੇਅਰ els ਯੂ ਕੈਨ ਗੋ ਬਟ ਯੂ ਆਰ ਨੋਟ ਫਾਈਂਡ ਮੁਕਤੀ ਮੁਕਤ ਨਾ ਪਾਲ There's no point looking anywhere else. ਹੋਰ ਪਾਸੇ ਖੋਜਣਾ ਨਾ ਕਰ। They say don't look anywhere else. ਇੱਥੇ ਖੋਜ। Come here into the sharan of Gurugansaji Maharaj ja, Guru Gan, ji, ja veer Gurugansaji Maharaj ji khoj shabd mein lehe jo prabhu ko meloch hai khoj shabd mein lehe. If you want to find the guru if you want to find why guruji khoj sabd me lehe te marji says then khoj research look for gurubani and then we'll see we we'll have we'll meet why guruji jo prabhu ko melio chah jab mel bochah whichever version uh, you want to say guru gobind singh ji marji de bachan sharir chhadan to pehla so yesterday i saw sing ji is guru gobind singh ji marji jyoti jyot divas when guru gobind singh ji marji 1708 ਦੇ ਵਿੱਚ ਇਨ 17 ਅਵੇ ਆ ਸ੍ਰੀ ਹਜ਼ੂਰ ਸਾਹਿਬ ਨੇ ਦੇੜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਲੈਫਟ ਹੈ ਪੰਜ ਪੂਤਕ ਸ੍ਰੀ ਦਿਸ ਫਿਜ਼ੀਕਲ ਬੋਡੀ ਦ ਜੋਤ ਮੂਵਸ ਔਨ ਦ ਸਰੀਰ ਇਸ ਮੇਡ ਆਫ ਮਿੱਟੀ ਕਾਉਂਸ ਆਫ ਮਿੱਟੀ ਗੋਸ ਬੈਕ ਟੂ ਮਿੱਟੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਿਫੋਰ ਲੀਵ ਇਨ ਦ ਸਰੀਰ ਦੇ ਸੈਡ ਥਿਸ ਬਚਨ ਟੂ ਪਾਈ ਹਰਦਾਸ ਜੀ ਕਿ ਆ ਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਪਾਇਆ ਹਰ ਸਿੰਘ ਜੀ ਵੋਟ ਇਨ ਦੇ ਡਾਇਰੀ which we called her gohujboti the paaji saab ji wrote this down this batch in from guru gobind singh ji maharaj ji ke guru granth ji maan ni hai pragat gura ki de hai jo mil bo, jo miliyo jo prabhu ko miliyo chah khoj savd me le so thode je farke da ve he in the ardas se ardas to baad ve miliyo chah and uh, tabe chalayo panth path the arth is the same so guru gobind singh ji maharaj gave these bhajan Siddhi sharan they guru gobind singh ji maharaj when they were going towards the Chikha, they were going towards the fire in which they were going to leave their body guru sikhs so with the at the heart i've heard a different few uh, different versions from different guru sikhs of who the guru Sikh was but for this instance we we'll say pai Taram singh ji of the panj Pyare. So, Guru Gobind Singh Ji Maharaj Ji, before they left their body, Guru Gobind Singh Ji Maharaj is gonna go into this funeral pyre, you could say, this big fire. They, by Taram Singh Ji thinks himself, this is the last time I'm gonna see Guru Gobind Singh Ji with these eyes. Akrivari last time. So, what would we do if it was the last time we saw Guru Gobind Singh Ji Maharaj? We fall in Guru Saji Charan. Charan Kamla Rakho Man we read in just. I mean, in many times that Chardan, Rakho Man Mahe, that Pai Daya Singh Ji, Pay Taram Singh Ji wanted to grasp onto Guru Gobind Singh Ji Maharaj's charan one last time. They Pay Tarun Singh Ji wants to hold Guru Gobind Singh Ji Maharaj, and they fall in the charan of Guru Gobind Singh Ji to hold to Guru Sahib's Chardan. And when Pay Taram Singh Ji goes to hold the feet of Guru Gobind Singh Ji's Chardan, kaval their hands go straight through Guru Gobind Singh Ji's charan. As if Guru Gobind Singh Ji Maraji is invisible. They also say, Guru Gobind Singh Ji Maraji, Paitaram Singh Ji they look towards Paitaram Singh Ji, they Gobind Singh Ji Maraji, Maskron there. They start to smile and laugh. And they say to Paitaram Singh Ji that, understand this, I am not the Sareed, I am not the body. We are not the Sareed either. We are not this body. So, when Guru Maharaj is saying to us, pere, pere, fahi, fase, then, we come into this munukha dehi thinking that we are the siddhi, but asa is we are not the body. We are not the body. We are the atma. From Paramatma. We are the soul from the supreme soul, and we have come here to merge back to the supreme soul. We have come to here to go back to Vai Guruji. Taishi simun kardeya. simun means to remember. Because remembering what we've forgotten. So Guru Maharaj Ji is saying to us here, ke that they are the true giver of mukti didat, date. na pal, ke hor nahi khojna Don't look anywhere else. ਲੋਕ ਹੈ ਦੇ ਗੁਰੂ ਸ਼ਰਨ ਵੇ ਮੁਕਤੀ ਦੇ ਦਾਤ ਕੰ ਬੀ ਗੇਨਡ ਬਿਨ ਸਤਗੁਰ ਕੇ ਨਾ ਪਾਇਓ ਬਿਨ ਸਤਗੁਰ ਕੇ ਨਾ ਪਾਇਆ ਨੋਬਰੀ ਇਜ਼ ਐਵਰ ਗੇਨ ਮੁਕਤੀ ਵਾ ਸਤਗੁਰੂ ਐਂਡ ਦਾ ਓਨਲੀ ਸਤਗੁਰੂ ਹੈ ਇਨ ਦਿਸ ਯੋਗ ਆਫ ਕਾਲ ਜੁਗ ਦਾ ਗ੍ਰੇਟੈਸਟ ਸਤਗੁਰੂ ਇਜ਼ ਗੁਰੂ ਨਾਨਕ ਦੇਵ ਜੀ ਮਹਾਰਾਜ ਹਾਂ ਜੀ ਫਿਰ ਫਿਰ ਆਵੇ ਫਿਰ ਫਿਰ ਜਾਏ ਸੋ ਮੋੜ ਮੋੜ ਕੇ ਜੀਵ ਜਨਮ ਤਾਰ ਕੇ ਇਸ ਦੁਨੀਆਂ ਵਿੱਚ ਆਉਂਦਾ ਹੈ ਦਾ ਹਿਊਮਨ ਟੇਕਸ ਫਾਰਮ ਫਿਰ ਮੋੜ ਮੋੜ ਕੇ hai that person dies. We come and we go, Ave, Jai. Again and again, we come and we go all the time. But the Guru is saying to us, let's break this because of our moho to the siddhi to this body. And this more to the body is can do a lot of things, it can bring Fear into us. Okay, we don't want nothing to happen to this body. We don't want to be hurt. We don't want to be tortured. So we had this mohot towards his body, Hanji. Ek so it is our Ji Guru Upa Upabhakshan. They give us the solution. They give us the answer to our questions. we have this attachment to the body. We have this love for the body. We are so proud of our Jivani, of our looks, of our our taakat, our strength, Jivani devich, Then. When we, get, when we get a bit older, like I'm only in my late 20s, but even now I feel much weaker than I was when I was younger. That hankar, that pride goes. Guru Maharaj is saying to us that what is the solution? Ek Rache, Rahe Build our love with the Guru. Build our love for the Guru, build our the relationship with the Guru. Like Guru Gobind Singh Ji said in their own ke name Ke Badao. Okay, instead of going your nails, I said to the kids, okay, "Go your the name. the name here we can say very simply: What is your relationship with your guru? What is our relationship with our guru? Every single day. What is that? Name can not say go that. Go that relationship with the guru. Go that praying with the guru. Live a life. Let our our birti, let our consciousness always be connected to the guru." ਦੇ ਨਾ ਆਉਂਦੇ ਬਹਿੜਾ ਆਉਂਦੇ ਹੈ ਹਾਂਜੀ ਇਹ ਵਿੱਚ ਛੂਟਾ ਫਿਰ ਫਾਸ ਨਾ ਪਾਏ ਫਿਰ ਅਖੀਲੀ ਪੰਕਤੀ ਵਿੱਚ ਇਨ ਦਾ ਲਾਸਟ ਪੰਕਤੀ ਗੁਰੂ ਮਾਰਛ ਇਸ ਇਹ ਵਿੱਚ ਛੂਟਾ ਫਿਰ ਫਾਸ ਨਾ ਪਾਏ ਇਹ ਵਿੱਚ ਛੂਟ ਹੈ ਇਨ ਦਿਸ ਵੇ that person can gain mukti ਉਹ ਮੁਕਤ ਹੁੰਦਾ ਹੈ ਜਿਹੋ ਛੁਟਕਾਰਾ ਵਿਸ਼ੇ ਟੂ ਬੀ ਸੈਪਰੇਟਿਡ ਟੂ ਬੀ ਬ੍ਰੋਕਨ ਫ্রম ਦ ਕਲਚਸ ਆਫ ਮਾਇਆ ਇਸ ਇਹ ਵਿੱਚ ਛੂਟਾ ਫਿਰ ਫਾਸ ਨਾ ਪਾਏ that noose of death it cannot sit around the neck of that person it is taken away and that is what guru nanak de blesses us today with in this um, body of om bani bahe guru, bahe guru. If you enjoyed this video, please like, comment, share, and subscribe. Please donate and help spread Guruji's message. Link is in the description below. Guruji ka khalsa. Guruji ki fateh.